ਬਠਿੰਡਾ ਵਿਖੇ ਪੰਜਾਬ ਤੇ ਯੂਟੀ ਮੁਲਾਜ਼ਮਾਂ ਤੇ ਪੈਨਸ਼ਨਰ ਸੰਘਰਸ਼ ਕਮੇਟੀ ਦੇ ਦਿਸ਼ਾ ਨਿਰਦੇਸ਼ ਦੇ ਮੁਲਾਜ਼ਮਾਂ ਨੇ ਆਪਣੀ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਤੇ ਰੋਸ ਪ੍ਰਦਰਸ਼ਨ ਕੀਤਾ। 19 ਤਾਰੀਖ ਨੂੰ ਦੇਸ਼ ਭਗਤ ਹਾਲ ਜਲੰਧਰ ਵਿਚ ਇਨ੍ਹਾਂ ਦੀ ਇਕ ਕਨਵੈਨਸ਼ਨ ਹੋਈ ਸੀ, ਜਿਸ ਦੇ ਚਲਦਿਆਂ ਪੰਜਾਬ ਭਰ ਵਿਚ 30 ਤਾਰੀਖ ਦੇ ਦਿਨ ਦਾ ਐਲਾਨ ਕੀਤਾ ਗਿਆ ਸੀ। ਇਸ ਮੌਕੇ ਧਰਨਾਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਉਨ੍ਹਾਂ ਦੀਆਂ ਮੰਗਾਂ ਨਹੀਂ ਪੂਰੀਆਂ ਕਰਦੀ ਤਾਂ ਉਹ ਆਉਣ ਵਾਲੇ ਦਿਨਾਂ ਵਿਚ ਵੱਡਾ ਸੰਘਰਸ਼ ਕਰਨਗੇ। ਇਸ ਪ੍ਰਦਰਸ਼ਨ ਵਿਚ ਪੰਜਾਬ ਭਰ ਦੀ 70 ਦੇ ਕਰੀਬ ਆਜ਼ਾਦ ਜਥੇਬੰਦੀਆਂ ਨੇ ਭਾਗ ਲਿਆ। ਸੰਧੂ ਆ ਜੀ, ਮੈਂ PSCB ਇੰਪਲਾਈ ਜੁਆਇੰਟ ਬੋਰਡ ਦਾ ਆਗੂ ਹਾਂ ਔਰ ਸਾਡਾ ਜਿਹੜਾ ਅੱਜ ਦਾ ਇਹ ਪ੍ਰੋਗਰਾਮ ਸੀਗਾ ਇਹ ਪੰਜਾਬ ਐਂਡ ਯੂਟੀ ਮੁਲਾਜ਼ਮ ਐਂਡ ਪੈਨਸ਼ਨਰ ਸੰਘਰਸ਼ ਕਮੇਟੀ ਵੱਲੋਂ ਲਿਖਿਆ ਗਿਆ ਸੀਗਾ। 19 ਤਰੀਕ ਨੂੰ ਜਿਹੜੀ ਆ ਜਲੰਧਰ ਦੇਸ਼ ਭਗਤ ਯਾਦਗਾਰ ਹਾਲ ਦੇ ਵਿੱਚ ਸਾਡੀ ਕਨਵੈਨਸ਼ਨ ਹੋਈ ਸੀ ਔਰ ਉੱਥੇ ਅਸੀਂ ਇਹ ਫੈਸਲਾ ਕੀਤਾ ਸੀਗਾ ਕਿ 30 ਤਰੀਕ ਨੂੰ ਜ਼ਿਲ੍ਹਾ ਹੈੱਡਕੁਆਰਟਰਾਂ ਦੇ ਉੱਤੇ ਪੰਜਾਬ ਸਰਕਾਰ ਦੀਆਂ ਅਰਥੀਆਂ ਫੂਕੀਆਂ ਜਾਣੀਆਂ, ਰੋਸ ਰੈਲੀਆਂ ਕੀਤੀਆਂ ਜਾਣੀਆਂ ਔਰ ਜੇਕਰ ਸਾਡੀਆਂ ਮੰਗਾਂ ਫਿਰ ਵੀ ਨਾ ਮੰਨੀਆਂ ਤਾਂ ਅਸੀਂ ਜਿਹੜਾ ਵਾਈਟ ਸੈਸ਼ਨ ਜਿਹੜਾ ਚੱਲਣਾ ਵਿਧਾਨ ਸਭਾ ਦਾ ਉਹ ਦੂਸਰੇ ਦਿਨ ਅਸੀਂ ਵਿਧਾਨ ਸਭਾ ਵੱਲ ਮਾਰਚ ਕਰਾਂਗੇ ਔਰ ਜੇਕਰ ਫਿਰ ਵੀ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਅਸੀਂ ਪੰਜਾਬ ਸਰਕਾਰ ਦੀ ਨੀਂਦ ਆ ਜਿਹੜੀ ਉਹ ਹਰਾਮ ਕਰ ਦਿਆਂਗੇ ਔਰ ਸਾਡੀਆਂ ਮੰਗਾਂ ਜਿਹੜੀਆਂ ਹੈਗੀਆਂ ਕਿ DA ਦੀਆਂ ਕਿਸ਼ਤਾਂ, DA ਦਾ ਬਕਾਇਆ ਔਰ ਜਿਹੜੀ ਪੇ ਕਮਿਸ਼ਨ ਦੀ ਰਿਪੋਰਟ ਹੈ, ਕੱਚੇ ਮੁਲਾਜ਼ਮ ਪੱਕੇ ਕਰਨੇ ਔਰ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨੀ, ਆਂਗਣਵਾੜੀ ਮਿਡ ਡੇ ਮੀਲ ਵਰਕਰਾਂ ਦੀਆਂ ਜਿਹੜੀਆਂ ਉਹਨਾਂ ਦੀਆਂ ਸਮੱਸਿਆਵਾਂ ਹੈ ਉਹਨਾਂ ਦਾ ਹੱਲ ਕਰਨਾ। ਸੋ ਇਸ ਕਰਕੇ ਜਿੰਨਾ ਵੀ ਇਹ ਜਿਹੜਾ ਸਾਡਾ ਪ੍ਰੋਟੈਸਟ ਹੈ ਇਹ ਜਿੰਨੀਆਂ ਵੀ ਪੰਜਾਬ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਹੈ ਉਹਨਾਂ ਦੇ ਖਿਲਾਫ਼ ਹੈ, ਇਹ ਸਾਡਾ ਜਾਰੀ ਰਹੂਗਾ ਔਰ ਜਿੰਨਾ ਚਿਰ ਪੰਜਾਬ ਸਰਕਾਰ ਮੁਲਾਜ਼ਮਾਂ ਦੀਆਂ ਮਜ਼ਦੂਰਾਂ ਦੀਆਂ ਜਿੰਨੀਆਂ ਵੀ ਉਹਨਾਂ ਦੀਆਂ ਸਮੱਸਿਆਵਾਂ ਉਹਨਾਂ ਦਾ ਹੱਲ ਨਹੀਂ ਕਰਦੀ, ਅਸੀਂ ਇਸੇ ਤਰ੍ਹਾਂ ਸੜਕਾਂ ਦੇ ਉੱਤੇ ਜਿਹੜੇ ਹੈ ਰੋਸ ਧਰਨੇ ਮੁਜ਼ਾਹਰੇ ਜਿਹੜੇ ਕਰਦੇ ਰਹਾਂਗੇ। ਇਹਦੇ ਵਿੱਚ ਪੰਜਾਬ ਦੀਆਂ ਵੱਡੀਆਂ ਜਿਹੜੀਆਂ 6 ਫੈਡਰੇਸ਼ਨਾਂ ਔਰ ਉਸ ਤੋਂ ਇਲਾਵਾ ਜਿਹੜੇ ਹੈ 70 ਦੇ ਕਰੀਬ ਜਥੇਬੰਦੀਆਂ, ਆਜ਼ਾਦ ਜਥੇਬੰਦੀਆਂ, ਜਨਤਕ ਜਥੇਬੰਦੀਆਂ ਨੇ ਇਹਦੇ ਵਿੱਚ ਹਿੱਸਾ ਲਿਆ ਔਰ ਇਹ ਕਾਫਲਾ ਦਿਨੋਂ ਦਿਨ ਜਿਹੜਾ ਉਹ ਵੱਡਾ ਹੁੰਦਾ ਜਾ ਰਿਹਾ। ਅੱਜ ਸਾਡੇ ਵਿੱਚ ਇਹਦੇ ਵਿੱਚ ਜਿਹੜੇ ਪੰਜਾਬ ਪੁਲਿਸ ਦੇ ਜਿਹੜੇ ਵੀ ਰਿਟਾਇਰੀ ਕਰਮਚਾਰੀ ਆ, ਪੈਨਸ਼ਨਰ ਹੈ, ਉਹ ਵੀ ਸਾਡੇ ਵਿੱਚ ਸ਼ਾਮਿਲ ਹੋਏ ਆ ਅਤੇ ਅੰਦਰ ਖਾਤੇ ਜਿਹੜੀ ਸਾਨੂੰ ਹੋਰ ਜਥੇਬੰਦੀਆਂ ਦੀ ਬਹੁਤ ਵੱਡੀ ਹਮਾਇਤ ਹੈ ਜਿਹੜੀ ਮਿਲ ਰਹੀ ਹੈ।